ਕਰਨ ਸ਼ਾਹ ਪੀਰ ਬਾਬਾ ਪਿੱਪਲ ਵਾਲਾ ਜੀ ਦੀ ਦਰਗਾਹ ਤੇ ਮੇਲੇ ਸੰਬੰਧੀ ਕੀਤੀ ਗਈ ਵਿਸ਼ੇਸ਼ ਮੀਟਿੰਗ। ਪਿੰਡ ਸਲਾਮਤਪੁਰ ਵਿਖੇ ਸਾਹੀ ਸ਼ਹਿਨਸ਼ਾਹ ਪੀਰ ਬਾਬਾ ਪਿੱਪਲ ਵਾਲਾ ਜੀ ਦੀ ਦਰਗਾਹ ਤੇ 29ਵਾਂ ਸਾਲਾਨਾ ਮੇਲਾ 15 ਜੂਨ ਨੂੰ ਦਿਨ ਵੀਰਵਾਰ ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੇਲਾ ਮੀਟਿੰਗ ਪ੍ਰਧਾਨ ਪੰਛੀ ਕੁਮਾਰ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਅਤੇ ਉਪ ਪ੍ਰਧਾਨ ਮੰਗਲ ਸਿੰਘ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 15 ਜੂਨ ਨੂੰ ਸਵੇਰੇ ਝੰਡੇ ਅਤੇ ਚਾਦਰ ਦੀ ਰਸਮ ਉਪਰੰਤ ਕਵਾਲੀ ਕੀਤੀ ਜਾਵੇਗੀ ਅਤੇ ਪੰਜਾਬੀ ਪ੍ਰਸਿੱਧ ਗਾਇਕ ਕੁਲਵਿੰਦਰ ਖਹਿਰਾ ਵੱਲੋਂ ਆਪਣੀ ਹਾਜ਼ਰੀ ਲਗਵਾਈ ਜਾਵੇਗੀ। ਦੁਪਹਿਰ ਨੂੰ ਅਟੁੱਟ ਲੰਗਰ ਵਰਤਾਇਆ ਜਾਵੇਗਾ। ਰਾਤ ਨੂੰ 9 ਵਜੇ ਸੁੱਖਾ ਰਾਮ ਸਰੋਆ ਐਂਡ ਪਾਰਟੀ ਵੱਲੋਂ ਰਾਜਾ ਹਰੀਸ਼ ਚੰਦਰ ਦਾ ਡਰਾਮਾ ਕੀਤਾ ਜਾਵੇਗਾ। ਆਸ਼ੀਰਵਾਦ ਬਾਬਾ ਮੋਹਨਾ ਜੀ ਅਤੇ ਮੁੱਖ ਸੇਵਾਦਾਰ ਬਾਬਾ ਬਗੀਚਾ ਜੀ ਇਸ ਮੌਕੇ ਕੈਸ਼ੀਅਰ ਰਾਕੇਸ਼ ਕੁਮਾਰ, ਜਸਵੰਤ ਸਿੰਘ ਭੋਲਾ, ਕਲਵੰਤ ਸਿੰਘ, ਬਲਵਿੰਦਰ ਸਿੰਘ, ਗੁਰਮੁਖ ਸਿੰਘ, ਰਿੰਕੂ ਟੰਡਨ, ਮਨਪ੍ਰੀਤ ਸਿੰਘ ਸੋਨੂ, ਕਮਲਜੀਤ ਸਿੰਘ ਰੋਮਨ, ਸਿੱਧੂ। ਇਹ ਮੇਲਾ NRI ਅਤੇ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਕੰਨੂ ਪਲੱਤ ਦੀ ਵਿਸ਼ੇਸ਼ ਰਿਪੋਰਟ। ਹਾਂਜੀ, ਕਿੱਥੋਂ ਆ ਤੁਸੀਂ? ਆਪਣੇ ਪੀਰ ਬਾਬਾ ਪਿੱਪਲ ਸ਼ਾਹੀ ਦਰਗਾਹ ਤੇ 29ਵਾਂ ਸਾਲਾਨਾ ਜੋੜ ਮੇਲਾ ਹੋ ਰਿਹਾ। ਸੋ ਮੇਲਾ ਜਿਹੜਾ ਹੈਗਾ ਵਾ ਵੀਰਵਾਰ ਦਿਨ ਰਾਤ ਨੂੰ ਸੁੱਖਾ ਰਾਮ ਸਰੋਵਰ ਦਾ ਜਿਹੜਾ ਡਰਾਮਾ ਕਰਵਾਇਆ ਰਾਜਾ ਹਰੀਸ਼ ਚੰਦਰ ਜੀ ਦਾ, ਅਤੇ ਦਿਨੇ ਸੂਫੀ ਪ੍ਰੋਗਰਾਮ ਹੈਗਾ ਕੁਲਵਿੰਦਰ ਖਹਿਰੇ ਦਾ, ਕੁਲਵਿੰਦਰ ਖਹਿਰਾ। ਸੋ ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਪਹੁੰਚੋ, ਅਤੇ ਸਾਰੀ ਕਮੇਟੀ ਵੱਲੋਂ ਵੀ ਸਾਡਾ ਜਿਹੜਾ ਵਾ ਤੁਹਾਡਾ ਮੋਸਟ ਵੈਲਕਮ ਜੀ। ਸੋ ਜ਼ਰੂਰ ਪਹੁੰਚੋ ਦਿਨ ਵੀਰਵਾਰ 1 ਹਾੜ ਲੰਗਰ ਬਾਬਾ ਪਿੱਪਲ ਸ਼ਾਹੀ ਸਲਾਮਤਪੁਰ ਜੀ।